ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਵੱਲੋਂ ਇੰਸਟਾਲੇਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਉਪੇਂਦਰ ਅਰੋੜਾ, ਸਕੱਤਰ ਡਾਕਟਰ ਹਰੀਸ਼ ਸ਼ਰਮਾ ਅਤੇ ਉਹਨਾਂ ਦੀ ਟੀਮ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਪੀਡੀਜੀ ਉਪਕਾਰ ਸਿੰਘ ਸੇਠੀ ਇਸ ਮੌਕੇ ਤੇ ਮੁੱਖ ਮਹਿਮਾਨ ਸਨ ਅਤੇ ਉਹਨਾਂ ਸੰਬੋਧਨ ਕਰਦਿਆਂ ਕਲੱਬ ਦੀਆਂ ਗਤੀਵਿਧੀਆਂ ਬਾਰੇ ਚਰਚਾ ਕੀਤੀ। ਇਸ ਮੌਕੇ ਤੇ ਪ੍ਰੈਜ਼ੀਡੈਂਟ ਇਲੈਕਟ ਕੁਲਦੀਪ ਸਿੰਘ ਖੁਰਾਨਾ, ਵਾਈਸ ਪ੍ਰੈਜ਼ੀਡੈਂਟ ਰਿਤੂ ਕਪੂਰ, ਫਾਈਨੈਂਸ਼ੀਅਲ ਸੈਕਟਰੀ ਏਪੀ ਸਿੰਘ, ਰੀਟਾ ਭਸੀਨ, ਨੀਰੂ ਸੇਠੀ, ਦੀਪਿਕਾ ਅਰੋੜਾ, ਰਾਧਾ ਸ਼ਰਮਾ ਸਮੇਤ ਕਈ ਲੋਕ ਮੌਜੂਦ ਸਨ। ਮੇਰੇ ਲਈ ਬੜੇ ਫਖਰ ਔਰ ਮਾਣ ਦੀ ਗੱਲ ਹੈ ਕਿ ਮੇਰੇ ਦੋਸਤਾਂ ਨੇ, ਮੇਰੇ ਫੈਲੋ ਰੋਟੇਰੀਅਨਸ ਨੇ ਮੇਰੇ 'ਚ ਇੰਨਾ ਫੇਥ ਔਰ ਕੌਨਫੀਡੈਂਸ ਡਿਪੋਜ਼ ਕੀਤਾ। ਪਿਛਲਾ ਸਾਲ ਹੈਜ਼ ਬੀਨ ਵੈਰੀ ਡਿਫੀਕਲਟ ਬਿਕੋਜ਼ ਆਫ ਦਾ ਕੋਵਿਡ, ਤੋ ਇਸ ਕਰਕੇ ਬੜੇ ਸਾਡੇ ਅਨਫਿਨਿਸ਼ਡ ਏਜੰਡਾਜ਼ ਨੇ ਪਿਛਲੇ ਸਾਲ ਦੇ, ਜਿਹੜਾ ਨੂੰ ਅਸੀਂ ਇਸ ਸਾਲ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਜੋ ਜਿਸ ਮਿਆਰ ਲਈ, ਜਿਸ ਪੱਧਰ ਲਈ ਇਹ ਕਲੱਬ ਦਾ ਨਾਂ ਹੈ, ਜਿਸ ਫੋਰ ਦ ਸਟੈਂਡਰਡ ਦਿਸ ਕਲੱਬ ਇਜ਼ ਨੋਨ, ਮੈਂ ਕੋਸ਼ਿਸ਼ ਕਰਾਂਗਾ ਕਿ ਉਸ ਮਿਆਰ ਨੂੰ ਦੁਬਾਰਾ ਅਚੀਵ ਕਰਾਂ। ਮੇਰੇ ਪ੍ਰੈਡੀਸੈਸਰ ਨੇ ਦੇ ਹੈਡ ਰੇਜ਼ ਦ ਬਾਰ ਵੈਰੀ ਹਾਈ ਐਂਡ ਆਈ ਹੋਪ ਟੂ ਅਚੀਵ ਇਟ। ਰੋਟਰੀ ਕਲੱਬ ਇੱਕ ਐਸੀ ਇੰਸਟੀਟਿਊਸ਼ਨ ਹੈ ਜਿੱਥੇ ਹਰ ਸਾਲ ਬਾਅਦ ਇੱਕ ਨਵੀਂ ਟੀਮ ਆਉਂਦੀ ਹੈ। ਸਾਡੀ ਇੱਕ ਰੋਟਰੀ ਡਿਸਟ੍ਰਿਕਟ 3070 ਹੈ, ਜਿਹੜੀ ਕਿ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਦੀ ਹੈ। ਉਹਦੇ ਵਿੱਚ ਤਕਰੀਬਨ 116 ਕਲੱਬ ਨੇ ਐਂਡ ਉਹਦੇ ਵਿੱਚੋਂ ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਇੱਕ ਕਲੱਬ ਹੈ। ਇਹ ਕਲੱਬ 1971 ਦਾ ਬਣਿਆ ਹੈ, ਅੱਜ 50 ਸਾਲ ਹੋ ਗਏ ਨੇ ਅਤੇ 50 ਸਾਲ ਤੋਂ ਬਾਅਦ ਇੱਕ ਨਵਾਂ ਪ੍ਰਧਾਨ ਅਸੀਂ CA ਉਪਿੰਦਰ ਸਿੰਘ ਨੇ ਉਹਨਾਂ ਨੂੰ ਚੁਣਿਆ ਟੂ ਕੈਰੀ ਦਿਸ ਫਾਰਵਰਡ। ਸੋ ਅਸੀਂ ਇਸ ਕਲੱਬ ਨੇ ਟਾਰਗੇਟ ਲਿੱਤਾ ਕਿ ਅਸੀਂ ਜਿੰਨੇ ਗਰੀਬ ਬੱਚੇ ਨੇ, ਜਿਹੜੇ ਬੱਚੀਆਂ ਨੇ ਜਿਹੜੇ ਸਕੂਲ 'ਚ ਪੜ੍ਹਦੇ ਨੇ, ਹੁਣ ਸਕੂਲ ਖੁੱਲ੍ਹ ਗਏ ਨੇ ਅਤੇ ਹੁਣ ਅਸੀਂ ਵੈਕਸੀਨੇਸ਼ਨ ਪ੍ਰੋਗਰਾਮ ਇਹ ਜਾਰੀ ਕਰ ਦਿਆਂਗੇ। ਇਹਦੇ ਇਲਾਵਾ ਕਾਫੀ ਹੋਰ ਪ੍ਰੋਜੈਕਟ ਨੇ, ਅਸੀਂ ਹੈਂਡ ਵਾਸ਼ਿੰਗ ਸਟੇਸ਼ਨਸ ਲਗਾਉਂਦੇ ਹਾਂ, ਇਹਦੇ ਵਿੱਚ ਅਸੀਂ ਈ ਲਰਨਿੰਗ ਪ੍ਰੋਜੈਕਟ ਸਕੂਲਾਂ ਦੇ ਵਿੱਚ, ਉਹ ਸਾਡਾ ਪ੍ਰੋਜੈਕਟ ਹੈ ਜਿਹਦੇ ਵਿੱਚ ਅਸੀਂ ਕੰਪਿਊਟਰ ਪ੍ਰੋਜੈਕਟਰ ਅਤੇ ਈ ਲਰਨਿੰਗ ਸੋਫਟਵੇਅਰ ਗਵਰਨਮੈਂਟ ਸਕੂਲ ਦੇ ਵਿੱਚ, ਜਾਂ ਉਹ ਸਕੂਲ ਜਿੱਥੇ ਕਿ ਗਵਰਨਮੈਂਟ ਸਕੂਲ ਤੱਕ ਫੀਸ ਹੈਗੀ ਹੈ, ਜਿਹਨੇ ਨਹੀਂ ਅਫੋਰਡ ਕਰ ਸਕਦੇ, ਅਸੀਂ ਉਹ